Hi students I welcome you all at Skills Mentor online e-learning channel ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ Skills Mentor ਦੇ ਚੈਨਲ ਦੇ ਉੱਤੇ ਜਿਤੇ ਤੁਸੀਂ ਜਾਣਦੇ ਹੋ ਸਾਡਾ PSPCL ਦਾ ਕ੍ਰੈਸ਼ ਕੋਰਸ ਚੱਲ ਰਿਹਾ ਹੋਇਆ ਜਿਸ ਦਾ ਟਾਰਗੇਟ ਅਸੀਂ 120 ਡੇਸ ਰੱਖਿਆ ਹੋਇਆ ਹੈ ਅਸੀਂ 120 ਡੇਸ ਦੇ ਅੰਦਰ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਕਿ ਹ ਸਿਲੇਬਸ ਤੇ ਹਰ ਟੌਪਿਕ ਇਹ ਕਵਰ ਕਰਵਾ ਦਿੱਤਾ ਜਾਵੇ ਜੇ ਤੁਸੀਂ ਫ੍ਰੀ PDF ਨੋਟਸ ਪਾਣਾ ਚਾਹੁੰਦੇ ਹੋ ਲੈਕਚਰਸ ਦੇ ਤਾਂ ਤੁਸੀਂ ਸਾਡੇ Telegram ਗਰੁੱਪ ਨੂੰ ਜੁਆਇਨ ਕਰੋ ਜਿਹਦਾ ਲਿੰਕ ਇਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਕਿ ਕੀ ਹਰ ਨਵੇਂ ਲੈਕਚਰ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲੇ ਹਾਂਜੀ ਦੋਸਤੋ ਅੱਜ ਆਪਾਂ ਕਰਨ ਜਾ ਰਹੇ ਹਾਂ ਜੀਕੇ ਦਾ 36th ਲੈਕਚਰ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਪਹਿਲੇ 35 ਲੈਕਚਰਸ ਦੇਖੇ ਹੋਣਗੇ ਤੁਸੀਂ ਦੇਖਿਆ ਹੋਏਗਾ ਕਿ ਤੁਹਾਡੀ ਕੀ ਜੀਕੇ ਦੇ ਨੌਲੇਜ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੋਗੀ ਜਿਹੜੇ ਬੱਚੇ ਅੱਜ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਦੱਸ ਦਵਾਂ ਜਿਨ੍ਹਾਂ ਨੇ ਪਿਛਲੇ ਲੈਕਚਰਸ ਦੇਖਣੇ ਆ ਗਿਲਸ ਮੈਂਟਰ ਦੇ ਚੈਨਲ ਤੇ ਜਾਓ ਉੱਥੇ ਕੀ ਪੀਐਸ ਪੀਸੀਐ ਜੀਕੇ ਦੀ ਪਲੇਲਿਸਟ ਬਣੀ ਹੋਈ ਹੈ ਉਸ ਪਲੇਲਿਸਟ ਨੂੰ ਓਪਨ ਕਰੋ ਤੇ ਉੱਤੇ ਕੀ ਹੈ ਕਿ ਡਿਫਰੈਂਟ ਡਿਫਰੈਂਟ ਪਾਰਟਸ ਦੇ ਵਿੱਚ ਕੀ ਲੈਕਚਰਸ ਹੋਏ ਹੋਏ ਨੇ ਉਹਨਾਂ ਨੂੰ ਜਾ ਕੇ ਕੀ ਹੈ ਤੁਸੀਂ ਜ਼ਰੂਰ ਦੇਖੋ ਤੁਸੀਂ ਦੇਖੋਗੇ ਕਿ ਤੁਸੀਂ ਹਰ ਲੈਕਚਰ ਵਿੱਚ ਕੀ ਹੈ ਨਵੀਂ ਨ ਨਵੀਂ ਚੀਜ਼ ਦੇਖੋ ਸਿਰਫ ਪੀਪੀਟੀਜ਼ ਤੇ ਡਿਪੈਂਡ ਨਾ ਲੈਣਾ ਕਿਉਂਕਿ ਵੀਡੀਓ ਲੈਕਚਰਸ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਕਿ ਬਹੁਤ ਜ਼ਿਆਦਾ ਐਕਸਟਰਾ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੈ ਜੋ ਪੀਪੀਡੀਜ਼ ਵਿੱਚ ਨਹੀਂ ਮਿਲੇਗੀ ਠੀਕ ਹੈ ਲੈਕਚਰ ਨੂੰ ਕੀ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਤਾਕੀ ਕਿ ਹਰੋ ਬੱਚੇ ਤੱਕ ਪਹੁੰਚ ਸਕੇ ਜੋ ਕਿ ਕੀ ਪੇਡ ਕੋਚਿੰਗ ਨਹੀਂ ਲੈ ਸਕਦਾ ਤੇ ਜਿੱਦਾਂ ਕਿ ਤੁਹਾਡੇ ਸਭ ਲਈ ਕੀ ਟੈਸਟ ਸੀਰੀਜ਼ ਦੀ ਲਾਂਚ ਹੋ ਚੁੱਕੀ ਹੋਈ ਆ ਤੁਸੀਂ ਕੀ ਗਿਲਸਮੈਂਟਰ ਟੈਸਟ.com ਤੇ ਵਿਜ਼ਿਟ ਕਰੋ ਉੱਥੇ ਕੀ ਤਿੰਨ ਤਰ੍ਹਾਂ ਦੇ ਪੈਕੇजेस ਕੀ ਆ ਤੁਹਾਡੇ ਲਈ ਕੀ ਆ ਬਣ ਚੁੱਕੇ ਨੇ ਜਿਹੜਾ ਤੁਹਾਨੂੰ ਕੰਫਰਟੇਬਲ ਲੱਗਦਾ ਜਾਂ ਜਿਸ ਚੀਜ਼ ਦੀ ਤੁਹਾਨੂੰ ਕੀ ਲੋੜ ਹੈ ਤੁਸੀਂ ਉਸ ਪੈਕੇਜ ਨੂੰ ਕੀ ਜੁਆਇਨ ਕਰੋ ਤੇ ਆਪਣੇ ਆਪਣਾ ਕੀ ਜਿੰਨੀ ਤੁਹਾਡੀ ਹਾਲ ਤੱਕ ਤੁਸੀਂ ਪੜ੍ਹਾਈ ਕੀਤੀ ਆ ਤੁਸੀਂ ਦੇਖੋ ਕਿ ਤੁਸੀਂ ਕਿ ਕਿਸ ਲੈਵਲ ਤੇ ਕੀ ਪਹੁੰਚ ਚੁੱਕੇ ਹੋ ਠੀਕ ਹੈ ਜੀ हूँ अपने आप पहले क्वेश्चन वाल बदते हैं अच्छा पहला क्वेश्चन की, 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 की है वै बिग बैंग थ्यूरी एक्सप्लेन एक ही बिग बैग थ्यूरी सी वह की कहें बिग बैंग थ्यूरी की एक्सप्लेन करती है ओरजन ऑफ यूनीवर्स ओरिजन ऑफ सन लॉज़ ऑफ फिजिक्स नन ऑफ द अबव बिग बैंग थ्यूरी की है बिग बैंग थ्यूरी की कहती है ओरिजन ऑफ यूनीवर्स ये ऑप्शन की आिल्कुल करैक्ट आंसर है जिन्होंने की आंसर दिता बिल्कुल की ठीक दिता वै big bang theory ਕੀ ਕਹਿੰਦੀ ਆ ਕਿ ਜਿੱਦਾਂ ਯੂਨੀਵਰਸ ਕਿੱਦਾਂ ਬਣਿਆ ਦੁਨੀਆ ਕਿੱਦਾਂ ਬਣੀ origin ਕਿੱਦਾਂ ਹੋਇਆ ਯੂਨੀਵਰਸ ਦਾ ਠੀਕ ਹੈ ਤੇ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਸੀਗੀ big bang theory ਇੱਕ ਸੀ ਬੈਲਜੀਅਮ ਦੇ ਕੀ ਸੀ ਐਸਟਰੋਨੋਮਰ ਸੀ ਇਹ ਜਾਰਜ ਜਾਰਜਸ ਲਿਮੈਟਰੀ ਲਿਮੈਟਰੀ ਜਾਰਜ ਲਿਮੈਟਰੀ ਨਾਮ ਦੇ ਐਸਟਰੋਨੋਮਰ ਦੇ ਦੁਆਰਾ ਕੀ ਹੈ big bang theory ਨੂੰ ਐਕਸਪਲੇਨ ਕੀਤਾ ਗਿਆ ਸੀ क्लियर सैकेंड क्वेश्चन विच पलैनट इज अ डाफ पलैनट कड़ा पलैनट ए डाफ पलैनट है मर्करी प्ूटो मास यूरेनिस पलैनट ड पलैनट है प्लूटो बी ऑप्शन की है करट है प्लूटो की है एक डाफ पलैनट है मरकरी मरकरी वीनस अर्थ मार्स सब युव टेरिशियल पलैनट हैं के टेरिशियल प्लैनेट्स जुपिटर सैटर्न युरेनस नेपच्यून ਇਹ ਕਿਹੜੇ ਨੇ ਗੈਸ਼ੀਅਸ ਪਲੈਨਟ ਨੇ ਕਿਹੜੇ ਪਲੈਨਟ ਨੇ ਹੈ ਗੈਸ਼ੀਅਸ ਪਲੈਨਟ ਨੇ ਤੇ ਇਹ ਕਿਹੜੇ ਨੇ टेरिशियल ਠੀਕ ਹੈ ਤੇ ਇਸ ਤੋਂ ਇਲਾਵਾ ਕਿ ਇਹਨਾਂ ਨੂੰ ਆਪਾਂ ਇਨਰ ਪਲੈਨਟਸ ਵੀ ਕਹਿੰਦੇ ਆ ਤੇ ਇਹਨਾਂ ਨੂੰ ਆਪਾਂ ਕੀ ਆਉਟਰ ਪਲੈਨਟਸ ਕਹਿੰਦੇ ਆ ਠੀਕ ਹੈ ਇਹ ਕੀ ਆਪਣਾ ਪੂਰਾ ਸੋਲਰ ਸਿਸਟਮ ਹੁੰਦਾ ਹੈ ਨਾ ਮਰਕਰੀ ਵੀਨਸ ਅਰਥ ਮਾਰਸ ਜੁਪੀਟਰ ਸੈਟਰਨ ਯੂਰਨਸ ਨੇਪਚੂਨ ਰੈੱਡ ਪਲੈਨਟ ਕਿਨੂੰ ਕਿਹਾ ਜਾਂਦਾ ਹੈ ਮਾਰਸ ਨੂੰ ਮਾਰਸ ਨੂੰ ਕੀ ਆਪਾਂ ਰੈੱਡ ਪਲੈਨਟ ਕਹਿੰਦੇ ਆ ਠੀਕ ਹੈ ਰਿੰਗਸ ਕਿਹੜੇ ਪਲੈਨਟ ਤੇ ਸੈਟਰਨ ਉੱਤੇ ਕਿਹੜੇ ਪਲੈਨਟ ਤੇ ਰਿੰਗਸ ਸੈਟਰਨ ਉੱਤੇ ਥਰਡ ਵਿਚ ਆਰ ਦਾ ਮੇਨ ਗੈਸਿਸ ਪrezent ਇਨ ਦਾ ਸਨ ਸਨ ਵਿੱਚ ਕਿਹੜੀਆਂ-ਕਿਹੜੀਆਂ ਮੇਨ ਗੈਸਿਸ ਨੇ ਹਾਈਡਰੋਜਨ ਐਂਡ ਹੀਲੀਅਮ ਹਾਈਡਰੋਜਨ ਐਂਡ ਆਰਗਨ ਹਾਈਡਰੋਜਨ ਐਂਡ ਹੀਲੀਅਮ ਹਾਈਡਰੋਜਨ ਐਂਡ ਕਾਰਬਨ ਡਾਈਆਕਸਾਈਡ हाँ जी कि मेन गैसिस प्रेजेंट है कि ने हाइड्रोजन एंड हीलीयम ए ऑप्शन की आ बिल्कुल करैक्ट आंसर है हाइड्रोजन से हीयम की गैस की आ प्रजेंट हैगी अपनी सन ठीक है सैवंटी फाइव परसेंट की है हाइड्रोजन है तो ट्वेंटी सिक्स परसेंट की आ सॉरी ट्वेंटी फाइव के अराउंड या ट्वेंटी सिक्स के अराउंड किलीयम ठीक है ਸਟਾਰ ਵਿੱਚ ਕਿਸੇ ਨੂੰ ਪਤਾ ਹੈ ਹੋਰ ਇੱਕ ਚੀਜ਼ ਹੋ ਰਿਹਾ ਹੈ ਸਨ ਵਿੱਚ ਕੀ ਹੁੰਦੀ ਹੈ ਨਿਊਕਲੀਅਰ ਜਿਹੜਾ ਨਿਊਕਲੀਅਰ ਫਿਊਜ਼ਨ ਹੈ ਨਾ ਉਹ ਸੋਰਸ ਹੈਗਾ ਵੈ ਸਨ ਦੇ એનર્ਜੀ ਦਾ ਅਗਰ ਪੁੱਛਿਆ ਜਾਏ ਨਾ ਸਨ ਦੇ એનર્ਜੀ ਦਾ ਸੋਰਸ ਦੱਸੋ ਠੀਕ ਹੈ એનર્ਜੀ ਆਫ ਸਨ ਕਿੱਥੋਂ ਨਿਊਕਲੀਅਰ ਨਿਊਕਲੀਅਰ ਫਿਊਜ਼ਨ ਤੋਂ ਠੀਕ ਹੈ ਸਨ ਦੀ એનર્ਜੀ ਦਾ ਕੀ ਹੈ ਨਿਊਕਲੀਅਰ ਫਿਊਜ਼ਨ ਤੋਂ ਜਿਹੜਾ ਸਨ ਦੇ ਵਿੱਚ ਆਪਾਂ ਰੈੱਡ ਸਰਫੇਸ ਦੇਖਦੇ ਆ ਨਾ ਕੀ ਦੇਖਦੇ ਆ ਆਪਾਂ ਸਨ ਦੇ ਵਿੱਚ ਜਿਹੜਾ ਰੈੱਡ ਸਰਫੇਸ ਉਹਨੂੰ ਆਪਾਂ ਕੀ ਕਹਿੰਦੇ ਆ ਕਰੋਮੋਸਫੀਅਰ ਕੀ ਕਹਿੰਦੇ ਆ ਆਪਾਂ ਕਰੋਮੋ ਕਰੋਮੋਸਫੀਅਰ ਕਲੀਅਰ ਸਨ ਦੇ ਵਿੱਚ ਕੀ ਕਹਿੰਦੇ ਆ ਆਪਾਂ ਕਰੋਮੋਸਫੀਅਰ ਠੀਕ ਹੈ ਤੇ ਇੱਕ ਕੁਐਸਚਨ ਆਉਂਦਾ ਜਿਹੜੀ ਸਨ ਲਾਈਟ ਹੈ ਆਪਣੇ ਅਰਥ ਤੱਕ ਪਹੁੰਚਣ ਨੂੰ ਕਿੰਨਾ ਟਾਈਮ ਲੈਂਦੀ ਹੈ ਸਨ ਸਨ ਦੀ ਕਿਰਨ मतलब सनलाइट ਆਪਣੇ ਅਰਥ ਤੱਕ ਪਹੁੰਚਣ ਨੂੰ ਕਿੰਨਾ ਟਾਈਮ ਲੈਂਦੀ ਹੈ ਕਿੰਨਾ ਲੈਂਦੀ ਹੈ 8 ਮਿੰਟਸ 16 ਸੈਕਿੰਡਸ ਕਿੰਨਾ ਲੈਂਦੀ ਹੈ 8 ਮਿੰਟਸ ਤੇ 16 ਸੈਕਿੰਡਸ ਕਲੀਅਰ ਦੋ ਕੁਐਸ਼ਨਸ ਥੋਰ ਜਿਹੜਾ ਮੈਕਸਿਮਮ ਡਿਸਟੈਂਸ ਬਿਟਵੀਨ ਸਨ ਐਂਡ ਅਰਥ ਉਹਨੂੰ ਕੀ ਕਿਹਾ ਜਾਂਦਾ ਵੈ ਮੈਕਸਿਮਮ ਡਿਸਟੈਂਸ ਬਿਟਵੀਨ ਸਨ ਐਂਡ ਅਰਥ की वै एपीलियन की क्या जाता वै एपीलीयन कदों हाँ फोर्थ जुलाई में कदों हों एपीलीयन हों कदों फोर्थ जुलाई में तो मिनीम डिस्टेंस बिटवीन सन एंड अर्थ की क्या हाँ मिनीम डिस्टेंस पैरी पेरीयन कह लो जै फिर फेरीहीलीयन किस दिन हों थर्ड जनवरी क्वेश्चन आ जाए एपीहीलीयन कदों हों ਫੋਰਥ ਜਿਹੜਾ ਇਹਨੂੰ ਪੈਰੀਹੇਲੀਅਨ ਕਦੋਂ ਹੁੰਦਾ ਹੈ 3 ਜਨਵਰੀ ਨੂੰ ਮੈਕਸਿਮਮ ਡਿਸਟੈਂਸ ਆਨ ਅਰਥ ਐਪੀਹੇਲੀਅਨ ਮਿਨੀਮਮ ਡਿਸਟੈਂਸ ਬਿਟਵੀਨ ਸਨ ਐਂਡ ਅਰਥ ਕੀ ਕਿਹਾ ਜਾਂਦਾ ਹੈ ਪੈਰੀਹੇਲੀਅਨ ਕਲੀਅਰ ਕਲੀਅਰ ਹੋ ਗਈ ਹੁਣ ਆਪਾਂ ਆਪਣੇ ਕੀਆ ਕੁਝ ਅਰਥ ਪਲੈਨਟ ਦੇ ਬਾਰੇ ਥੋੜੀ ਜੀ ਜਾਣਕਾਰੀ ਲੈ ਲੈਂਦੇ ਆ ਕਿਦੇ ਬਾਰੇ ਅਰਥ ਦੇ ਬਾਰੇ ਅਰਥ ਨੂੰ ਆਪਾਂ ਕੀ ਕਹਿੰਦੇ ਆ ਬਲੂ ਪਲੈਨਟ ਕਹਿੰਦੇ ਆ ਅਰਥ ਨੂੰ ਆਪਾਂ ਕੀ ਕਹਿੰਦੇ ਆ? ਬਲੂ ਪਲੈਨਟ। ਠੀਕ ਆ? ਅਰਥ ਨੂੰ ਬਲੂ ਪਲੈਨਟ। ਕਿਹੜੀ ਸੈਟੇਲਾਈਟ ਆ? ਇਕੋ ਸੈਟੇਲਾਈਟ ਅਰਥ ਵਿੱਚ ਕਿਹੜੀ ਸੈਟੇਲਾਈਟ ਆ? ਇਕੋ ਸੈਟੇਲਾਈਟ ਆ। ਸ਼ੇਪ ਕੀ ਹੈਗੀ ਆ? ਸ਼ੇਪ ਕੀ ਹੈ? ਐਲੀਪਸੌਇਡ ਕਹਿ ਦੋ। ਜਾਂ ਫੇ ਜਿਓ ਜਿਓਇਡ। ਠੀਕ ਹੈ? ਇਹ ਕੀ ਆਪਣੀ ਅਰਥ ਦੀ ਸ਼ੇਪ ਆ। ਕਲੀਅਰ ਹੋ ਗਿਆ? ਲੈਕਚਰ ਨਾਲ ਤੁਸੀਂ ਬਿਲਕੁਲ ਐਂਡ ਤੱਕ ਬੰਨ ਰਹਿਣਾ ਵੈ 20th ਕੁਐਸਚਨ ਤੋਂ ਬਾਅਦ ਮੈਂ ਕਾਫੀ ਜ਼ਿਆਦਾ ਕੀ ਤੁਹਾਡੇ ਨਾਲ ਹੋਰ ਕੁਐਸਚਨਸ ਨੂੰ ਕੀਆ ਡਿਸਕਸ ਕਰਾਂਗੇ ਹਾਂ ਫੋਰਥ ਕੁਐਸਚਨ ਟਾਈਟਨ ਇਜ਼ ਅ ਸੈਟੇਲਾਈਟ ਆਫ ਟਾਈਟਨ ਕਿ ਦੀ ਸੈਟੇਲਾਈਟ ਹੈ ਕਿਰੇ ਪਲਾਨੇਟ ਦੀ ਮਰਕਰੀ ਦੀ ਅਰਥ ਦੀ ਵੀਨਸ ਦੀ ਸੈਟਰਨ ਦੀ ਹਾਂਜੀ ਟਾਈਟਨ ਕਿ ਦੀ ਹੈ ਕਿ ਦੀ ਸੈਟੇਲਾਈਟ ਹੈ ਸੈਟਰਨ ਦੀ કેદીએ સેટરન D ઠીક હે ઓપ્શન D કીયા બિલકુલ કરક્ટ આન્સર હે ઓપ્શન D ધેટ ઇસ સેટરન D કી હે ટાઇટેનિક સેટેલાઇટ હે હમ સેટરન બારે થોડી જાનકારી સેકન્ડ larggest planet હે પહેલી ગર્લ્સ સેટરન કી અપના સેકન્ડ larggest planet હે ફર્સ્ટ larggest કેડા વે યુપિટર કેડા વે યુપિટર સેટરન છોર કી રિંગ સિસ્ટમ અગર પૂછે કેડે planet وچ રિંગ સિસ્ટમ હે કેડા વે ઓ સેટરન ठीक है जी टाइटन है जी सैटेलाइट है लार्जेस्ट सैटेलाइट ये है ठीक है अगर आ जाए लार्जेस्ट सैटेलाइट ऑफ सैटन तो कही हो जाएगा टाइटन ठीक है तो टाइटन बारे एक हो जानकारी एक योजी सैटेलाइट है पूरे सोलर सिस्टम विच जिहे एटमोसफेयर है पूरे सोलर सिस्टम विच इको है इको सैटेलाइट है जिसे की है एटमोसफेयर क्लियर ਇਨਟਿਸ ਕਲੀਅਰ ਹੋ ਗਿਆ ਠੀਕ ਹੈ ਇੱਕ ਹੋਰ ਚ ਸੈਟਰਨ ਦੇ ਬਾਰੇ ਮਿਨਿਮਮ ਡੈਨਸਿਟੀ ਸੈਟਰਨ ਕੀ ਹੈ ਮਿਨਿਮਮ ਡੈਨਸਿਟੀ ਕਲੀਅਰ ਇਨ ਕਲੀਅਰ ਲਿਖ ਦਿੰਦੀ ਹਾਂ ਮਿਨਿਮਮ ਡੈਨਸਿਟੀ ਠੀਕ ਹੈ ਕੁਝ ਕੱਲਾ ਨੇ ਸੈਟਰਨ ਦੇ ਬਾਰੇ ਜੋ ਕਿ ਤੁਹਾਨੂੰ ਕਿ ਯਾਦ ਹੋਣੀਆਂ ਚਾਹੀਦੀਆਂ ਨੇ ਹੁਣ ਆਪਾਂ ਵੱਧਦੇ ਆਪਣੇ ਅਗਲੇ ਕੁਐਸਚਨ ਆ 5th ਕੁਐਸਚਨ 5th ਕੁਐਸਚਨ ਕੀ ਹੈ ਵਿਚ ਵਾਸ ਅ ਲਾਰਜੈਸਟ ਇੰਡੀਅਨ ਸਾਈਟ ਆਫ ਇੰਡਸ ਸਿਵਿलाइजेशन ਇੰਡਸ ਸਿਵਲਾਈਜੇਸ਼ਨ ਵਿੱਚ ਮੈਂ ਹਿਸਟਰੀ ਵਿੱਚ ਤੁਹਾਨੂੰ ਪੂਰਾ ਡਿਟੇਲਸ ਦੱਸਿਆ ਸੀ ਉਹਨਾਂ ਪੁੱਛੇ ਲਾਰਜੈਸਟ ਇੰਡੀਅਨ ਸਾਈਟ ਕੁਸ਼ਨ ਬਾਰੇ ਦੋ ਕੀ ਪੁੱਛਿਆ ਸਭ ਤੋਂ ਵੱਡੀ ਇੰਡੀਅਨ ਸਾਈਟ ਮਤਲਬ ਇੰਡੀਆ ਵਿੱਚ ਇੰਡਸ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਕਿਹੜੀ ਆ ਕਿਹੜੀ ਹੈ ਮੋਹਿੰਜੋਦਾਰੋ ਲੋਥਲ ਚਨੂਦਾਰੋ ਡੋਲਵੀਰਾ ਕਿਹੜੀ ਹੈ ਡੋਲਵੀਰਾ ਕਿਹੜੀ ਹੈ ਡੋਲਵੀਰਾ ਅਗਰ ਸਿੰਪਲ ਪੁੱਛਿਆ ਇਥੇ ਅਗਰ ਇੰਡੀਅਨ ਨਾ ਹੁੰਦਾ ਵਰਡ ਅਗਰ ਇੰਡੀਅਨ ਨਾ ਹੁੰਦਾ ਸਿੰਪਲ ਹੁੰਦਾ ਲਾਰਜੈਸਟ ਸਾਈਟ ਆਫ ਇੰਡਸ ਸਿਵਲਾਈਜੇਸ਼ਨ ਤਾ ਕਿ ਅਨਸਰ ਹੋਏਗਾ ਮੌਂਜੀਦਾਰੋ ਤਾਂ ਅਨਸਰ ਕੀ ਹੋ ਜਾਣਾ ਸੀ ਮੌਂਜੀਦਾਰੋ ਕਲੀਅਰ ਹੋ ਗਏ ਅਗਰ ਇੰਡੀਅਨ ਸਾਈਡ ਪੁੱਛਣਗੇ ਤਾਂ ਡੋਲਾ ਵਿਰਾ ਕੱਲਾ ਅਗਰ ਲਾਜਸ ਸਾਈਡ ਪੁੱਛਣਗੇ ਤਾਂ ਕਿਹਦੇ ਹੋ ਜਾਏਗੀ ਮੌਂਜੀਦਾਰੋ ਕਲੀਅਰ ਹੋ ਗਏ ਦੋਨੋਂ ਕੁਐਸ਼ਨਸ ਅੱਗੇ ਵਧੀਏ 6th ਕੁਐਸ਼ਨ ਨੰਬਰ ਦ ਸ਼ਿਸ਼ੂ ਨੰਗੜ ਡਾਇਨੇਸਟੀ ਵਾਸ ਓਵਰਥਰੋਨ ਬਾਏ ਜਿਹੜੀ ਸ਼ਿਸ਼ੂ ਨੰਗੜ ਡਾਇਨੇਸਟੀ ਸੀ ਕਿਹਦੇ ਦੁਆਰਾ ਓਵਰਥਰੋਨ ਕੀਤੀ ਗਈ ਸੀ ए बी सी डी के द्वारा ओवरथ्रोन की गई थी के द्वारा की गई थी महापदमा के द्वारा महापद्मा ठीक है सैवन वेयर गौतम बुद्धा अटेन निर्वाणा गौतम बुद्धा जी ने अलाइटमेंट किथे प्राप्त की निर्वाणा कितने प्राप्त किया निर्वाणा लुंबनी सारनाथ कुशीनगर बोधगया ਨਿਰਵਾਣਾ ਕਿੱਥੇ ਕੀਤਾ ਸੀ ਬੋਧ ਗਿਆ ਵਿੱਚ ਵੈਰੀ ਇੰਪੋਰਟੈਂਟ ਕੁਐਸਚਨ ਬਹੁਤ ਵਾਰੀ ਕੀ ਐਗਜ਼ਾਮਸ ਵਿੱਚ ਪੁੱਛਿਆ ਜਾਂਦਾ ਹੈ ਠੀਕ ਹੈ ਅਲਾਈਨਮੈਂਟ ਦੀ ਜਗ੍ਹਾ ਵਰ ਨਿਰਵਾਣਾ ਵੀ ਯੂਜ਼ ਕੀਤਾ ਜਾਂਦਾ ਹੈ ਬੋਧ ਗਿਆ ਵਿੱਚ ਤੇ ਗੌਤਮ ਬੁੱਧਾ ਜਨਮ ਕਿੱਥੇ ਹੋਇਆ ਸੀ ਲੁੰਬਨੀ ਵਿੱਚ ਬਰਥਪਲੇਸ ਕੀ ਹੈ ਕਿ ਲੁੰਬਨੀ ਵਿੱਚ ਤੇ ਸਾਰਨਾਥ ਵਿੱਚ ਕੀ ਸੀ ਫਸਟ ਸੈਰਮਨ ਹੋਇਆ ਸੀ ਗੌਤਮ ਬੁੱਧਾ ਜੀ ਨੇ ਪਹਿਲਾ ਆਪਣਾ ਇੱਕ ਮਿੰਟ ਮੈਂ ਕਲੀਅਰ ਲਿਖ ਦਿੰਦੀ ਆ ਫਿਰ ਤੁਸੀਂ ਕਹਿੰਦੇ ਮੈਮ ਤੁਹਾਡੀ ਹੈਂਡਰਾਈਟਿੰਗ ਹੋ ਜੀ ਹੈ ਫਸਟ ਫਸਟ सरमन ठीक है सरमन सारनाथ तीनों चीजा क्लीयर हो गई निर्वाणा बोध बोधगिया बर्थप्लेस लूमी पहला सर सरमन सारनाथ ठीक है क्लीयर हो गया एथ क्वेश्चन रेड फोर्ट वॉज बिल्ड बाय रेड फोर्ट कि द्वारा बिल्ड किया गया अकबर शाहजहान जहानगीर शेर शाह कि द्वारा शाहजहान के द्वारा रैड फोर्ट कि द्वारा बिल्ड किया गया सी शाहजहान के द्वारा ਨਾਈਨਥ ਕੁਐਸਚਨ ਵਿਚ ਇਜ਼ ਕੰਸੀਡਰਡ ਐਜ਼ ਦ 올ਡੇਸਟ ਸਿਵਲਾਈਜੇਸ਼ਨ ਆਫ ਦ ਵਰਲਡ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਕਿੰਨੂੰ ਕਿਹਾ ਜਾਂਦਾ ਹੈ ਕਿਹੜੀ ਸਿਵਲਾਈਜੇਸ਼ਨ ਕੀ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਹੈ ਕਿਹੜੀ ਸਿਵਲਾਈਜੇਸ਼ਨ ਸਭ ਤੋਂ ਪੁਰਾਣੀ ਹੈ ਇਹ ਮਿਸੋ ਪੋਟਮੇਨੀਆ ਇਹ ਆਪਸ਼ਨ ਕੀ ਆ ਬਿਲਕੁਲ ਕਰੈਕਟ ਹੈ ਸਭ ਤੋਂ ਪੁਰਾਣੀ ਸਿਵਲਾਈਜੇਸ਼ਨ ਹੈਗੀ ਆ ਆਪਣੀ ਵਰਲਡ ਦੀ ਕਿਹਦੀ ਪੁੱਛ ਰਹੇ ਵਰਲਡ ਦੀ ਅਗਰ ਇੰਡੀਆ ਦੀ ਆਂਦੀ ਤਾਂ ਕਿਹੜੀ ਹੋਈ ਨਹੀਂ ਸੀ ਹੜੱਪਾ ਇੰਡੀਆ ਦੀ ਪੁੱਛਦੇ ਤਾਂ ਹੜੱਪਾ ਹੁਣ ਦੇਖੋ ਮਿਸੋਪੋਟੇਨੀਆ ਕਦੋਂ ਹੁੰਦੀ ਸੀ 4000 BC ਤੋਂ ਲੈ ਕੇ 6th century BC ਤੱਕ Egyptian civilization 3400 to 10000 BC ਠੀਕ ਹੈ BC ਮਤਲਬ ਬਿਫੋਰ ਕਰਾਈਸਿਸ ਠੀਕ ਹੈ ਹਰਪਨ ਸਿਵਲਾਈਜੇਸ਼ਨ 2500 ਤੋਂ ਲੈ ਕੇ 1750 ਤੱਕ ਫਿਰ Chinese civilization 1765 to 250 BC ਠੀਕ ਹੈ ਇਹ ਡੇਟਸ ਕਿ ਹੁੰਦੇ ਨੇ ਪਿੱਛੇ ਪਿੱਛੇ ਜਾਂਦੇ ਹੁੰਦੇ ਨੇ ਨਾ ਕਿ ਅੱਗੇ ਹੁਜੇ ਵੇ 2019 2000 ਇਹ ਨਾ ਆਉਂਦਾ ਸੀ ਜਿਵੇਂ 4000 ਫਿਰ 3400 ਫਿਰ 1000 ਇਸ ਤਰ੍ਹਾਂ ਨਾਲ ਕੀ ਆ ਜਾਂਦੇ ਹੁੰਦੇ ਆ ਸੀ ਪਹਿਲੇ ਕਲੀਅਰ ਕਈਵਰੀ ਸੀਰੀਜ਼ ਵਿੱਚ ਆ ਜਾਂਦੀ ਹੈ ਕਿਹੜੀ ਕਿਹੜੀ ਸਿਵਿলাইゼਸ਼ਨ ਹੋਈਆਂ ਸੀ ਇਹਨਾਂ ਨੂੰ ਆਰਡਰ ਵਿੱਚ ਕਰੋ ਤੇ ਆਰਡਰ ਵੀ ਥੋੜਾ ਆਪਣੇ ਧਿਆਨ ਵਿੱਚ ਸਿਰੂ ਰੱਖਣਾ ਹੂ ਵਾਸ ਦਾ ਫਾਦਰ ਆਫ ਦਾ ਆਪਰੇਸ਼ਨ ਫਲੱਡ ਆਪਰੇਸ਼ਨ ਫਲੱਡ ਦੇ ਫਾਦਰ ਕਿੰਨੂੰ ਕਿਹਾ ਜਾਂਦਾ ਵੈ ਆਪਰੇਸ਼ਨ ਫਲੱਡ ਦਾ ਫਾਦਰ ਹਾਂਜੀ ਆਪਰੇਸ਼ਨ ਫਲੱਡ ਦਾ ਫਾਦਰ ਕਿੰਨੂੰ ਕਿਹਾ ਜਾਂਦਾ ਹੈ ਜਲਦੀ ਦੱਸੋ ਕਿੰਨੂੰ ਕਿਹਾ ਜਾਂਦਾ ਵੈ ਸੀ ਆਪਸ਼ਨ ਦੈਟ ਇਜ਼ ਡਾਕਟਰ ਵਿਕੀਸਰੀ ਕੁਰੇਂ ਠੀਕ ਹੈ ਆਪਰੇਸ਼ਨ ਫਲੱਡ ਕਿਨੂੰ ਦਿੱਤਾ ਗਿਆ ਸੀ ਨਾਮ ਜਿਹੜੇ ਡੈਰੀ ਪ੍ਰੋਡਕਟਸ ਨੇ ਡੈਰੀ ਪ੍ਰੋਡਕਟਸ ਕਹ ਦੋ ਜਿੱਦਾਂ ਕਿ ਮਿਲਕ ਹੋ ਗਿਆ ਬਟਰ ਹੋ ਗਿਆ ਉਸ ਚੀਜ਼ ਨੂੰ ਕੀ ਆਪਾਂ ਕੀ ਕਹਿੰਦੇ ਸੀਗੇ ਨਾ ਆਪਰੇਸ਼ਨ ਫਲੱਡ ਕਿਹਾ ਜਾਂਦਾ ਸੀਗਾ ਠੀਕ ਹੈ ਉਹਦੇ ਫਾਦਰ ਕੌਣ ਸੀਗੇ ਡਾਕਟਰ ਫਿਰਗੀਸੀ ਗਰੇਨ ਠੀਕ ਹੈ ਸੀ ਆਪਸ਼ਨ ਕਿਹਾ ਬਿਲਕੁਲ ਕਰੈਕਟ ਆਪਸ਼ਨ ਆ ਕਲੀਅਰ ਉਸ ਤੋਂ ਬਾਅਦ ਕੀ ਹੈ ਥੋੜੇ ਜਿਹੀ ਰੈਵੋਲੂਸ਼ਨਸ ਨੇ ਉਹਨਾਂ ਦੇ ਬਾਰੇ ਕੀਆ ਧਿਆਨ ਨਾਲ ਸੁਣਾ ਇੱਕ ਮੈਨੂੰ ਬਲੈਂਕ ਪੇਜ ਚਾਹੀਦਾ होल्ड करो सब तो ऊपर के एक ब्लैंक पेज रखा पहली आ जाती है अपनी ग्रीन रेवल्यूशन कि ग्रीन रेवोल्यूशन ए क्यों हुई सी किस चीज़ न हुई सी ग्रीन रेवोल्यूशन फूड ग्रेन रिलेटेड सिंपल याद रखना ग्रीन रेवोल्यूशन कि रिलेटेड है फूड ग्रेनज़ के मेन फूड ग्रेनस कि ਰਾਈਸ ਐਂਡ ਵੀਟ ਮੇਨ ਫੂਡ ਗ੍ਰੇਨਸ ਕਿਹੜੇ ਸੀ ਰਾਈਸ ਤੇ ਵੀਟ ਤੇ ਫਾਦਰ ਆਫ ਵਰਲਡ ਗ੍ਰੀਨ ਰੈਵੋਲੂਸ਼ਨ ਕਿੰਨੂ ਕਿਹਾ ਜਾਂਦਾ ਹੈ ਡਾਕਟਰ ਨਾਰਮਨ ਬੋਰਲਗ ਨੂੰ ਠੀਕ ਹੈ ਕਿੰਨੂ ਕਿਹਾ ਜਾਂਦਾ ਹੈ ਨਾਰਮਨ ਬੋਰਲਗ ਨੂੰ ਤਾਂ ਅਗਰ ਇੰਡੀਅਨ ਗ੍ਰੀਨ ਰੈਵੋਲੂਸ਼ਨ ਦਾ ਪੁੱਛਿਆ ਇੰਡੀਆ ਦੇ ਐਮ ਐਸ ਸਵਾਮੀ ਨਾਥਨ ਸਭ ਨੂੰ ਪਤਾ ਹੋਏਗਾ ਐਮ ਐਸ ਸਵਾਮੀ ਨਾਥਨ ਨੂੰ ਕਿਹਾ ਜਾਂਦਾ ਹੈ ਫਿਰ ਆਂਦੀ ਹੈ ਆਪਣੀ ਵਾਈਟ ਰੈਵੋਲੂਸ਼ਨ ਕਿਹੜੀ ਆਂਦੀ ਹੈ ਵਾਈਟ ਰੈਵੋਲੂਸ਼ਨ ਜਿਹਨੂੰ ਆਪਾਂ ਆਪਰੇਸ਼ਨ ਫਲੱਡ ਵੀ ਕਹਿੰਦੇ ਆ ਠੀਕ ਹੈ ਆਪਰੇਸ਼ਨ ਫਲੱਡ ਮਿਲਕ ਤੇ ਡੈਰੀ ਪ੍ਰੋਡਕਟਸ ਨਾਲ ਵਾਈਟ ਰੈਵੋਲੂਸ਼ਨ ਨਾਮ ਦਿੱਤਾ ਗਿਆ ਸੀ ਆਪਰੇਸ਼ਨ ਫਲੱਡ ਵਿੱਚ ਠੀਕ ਹੈ ਕਿਹਦੇ ਨੂੰ ਲੈ ਮਿਲਕ ਪ੍ਰੋਡਕਸ਼ਨ ਨਾਲ ਰਿਲੇਟਡ ਠੀਕ ਹੈ ਮਿਲਕ ਪ੍ਰੋਡਕਸ਼ਨ ਦਾ ਫਾਦਰ ਕੌਣ ਹੈ ਡਾਕਟਰ ਵਰਗਸੀ ਕੋਰੇਨ ਕਲੀਅਰ ਉਸ ਤੋਂ ਬਾਅਦ ਕੁਛ ਆਂਡੀਆਂ ਨੇ ਆਪਣੀਆਂ येलो ਰੈਵੋਲੂਸ਼ਨ ਕਿਹੜੀ ਆਂਦੀ ਹੈ येलो ਰੈਵੋਲੂਸ਼ਨ येलो ਕਿਹਦੇ ਨਾਲ ਰਿਲੇਟਡ ਹੈ ਆਇਲ ਸੀਡਸ ਨਾਲ ਯੈਲੋ ਕਿਹਦੇ ਨਾਲ ਰਿਲੇਟਡ ਹੈ ਆਇਲ ਸੀਡਸ ਨਾਲ ਕਲੀਅਰ ਹੋ ਗਿਆ ਤਿੰਨੋਂ ਨੈਕਸਟ ਆਂਦੀ ਹੈ ਆਪਣੀ ਪਿੰਕ ਰੈਵੋਲੂਸ਼ਨ ਕਿਹੜੀ ਆਂਦੀ ਹੈ ਪਿੰਕ ਪਿੰਕ ਰੈਵੋਲੂਸ਼ਨ ਪਿੰਕ ਕਿਹਦੇ ਨਾਲ ਰਿਲੇਟਡ ਹੈ ਮੀਟ ਮੀਟ ਨਾਲ ਅਨੀਅਨ ਨਾਲ ਤੇ ਮੈਡੀਸਿਨ ਨਾਲ ਤਿੰਨਾਂ ਚੋਂ ਕੋਈ ਵੀ ਆਪਸ਼ਨ ਹੋਏਗਾ ਪਿੰਕ ਰੈਵੋਲੂਸ਼ਨ ਤਿੰਨਾਂ ਨਾਲ ਹੈ ਠੀਕ ਹੈ ਬੱਚੇ ਬਹੁਤ ਕਨਫਿਊਜ਼ ਰਹਿੰਦੇ ਪਿੰਕ ਰੰਗ ਕਿੰਨੋਂ ਨਾਲ ਲੱਗਿਆ ਫਿਰ ਅਗਲੀ ਨੈਕਸਟ ਇੰਪੋਰਟੈਂਟ ਆਉਂਦੀ ਹੈ 골ਡਨ ਰੈਵੋਲੂਸ਼ਨ 골ਡਨ ਰੈਵੋਲੂਸ਼ਨ ਕਿਹਦੇ ਨਾਲ ਹੈ ਹਾਰਟੀਕਲਚਰ ਨਾਲ ਕਿਹਦੇ ਨਾਲ ਹੈ ਹਾਰਟੀ ਕਲਚਰ ਨਾਲ ਉਸ ਤੋਂ ਬਾਅਦ ਆਪਣੀ ਆਉਂਦੀ ਹੈ ਗ੍ਰੇ ਰੈਵੋਲੂਸ਼ਨ ਗ੍ਰੇ ਰੈਵੋਲੂਸ਼ਨ ਗ੍ਰੇ ਰੈਵੋਲੂਸ਼ਨ ਕਿਹਦੇ ਨਾਲ ਹੈ ਫਰਟੀਲਾਈਜ਼ਰਸ ਨਾਲ ਗ੍ਰੇ ਰੈਵੋਲੂਸ਼ਨ ਕਿਹਦੇ ਨਾਲ ਹੈ ਫਰਟੀ ਲੇਜ਼ਰਸ ਨਾਲ ਫਿਰ ਆਉਂਦੀ ਆਪਣੀ ਬਲੂ ਰੈਵੋਲੂਸ਼ਨ ਨੈਕਸਟ ਆਉਂਦੀ ਆਪਣੀ ਬਲੂ ਰੈਵੋਲੂਸ਼ਨ ਨੋਟ ਕਰ ਲਓ ਕਿਉਂਕਿ ਪਿਪਟਿਸ ਵਿੱਚ ਨਹੀਂ ਹੋਣਗੀਆਂ ਬਲੂ ਰੈਵੋਲੂਸ਼ਨ ਬਲੂ ਰੈਵੋਲੂਸ਼ਨ ਕਿਹਦੇ ਨਾਲ ریلیਟਡ ਹੈ ਫਿਸ਼ ਨਾਲ ਬਲੂ ਰੈਵੋਲੂਸ਼ਨ ਕਿਹਦੇ ਨਾਲ ریلیਟਡ ਹੈ ਫਿਸ਼ ਨਾਲ ਫਿਰ ਆਉਂਦੀ ਆਪਣੀ ਬਲੈਕ ਰੈਵੋਲੂਸ਼ਨ ਕਿਹੜੇ ਆਉਂਦੀ ਹੈ ਬਲੈਕ ਰੈਵੋਲੂਸ਼ਨ ਬਲੈਕ ਰੈਵੋਲੂਸ਼ਨ ਕਿਹਦੇ ਨਾਲ ਪੈਟਰੋਲੀਅਮ ਨਾਲ ਵੀ ਕਹਿ ਸਕਦੇ ਹੋ ਪੈਟਰੋਲੀਅਮ ਐਂਡ ਕੋਲ ਪੈਟਰੋਲੀਅਮ ਐਂਡ ਕੋਲ ਪ੍ਰੋਡਕਸ਼ਨ ਆ ਠੀਕ ਹੈ ਪੈਟਰੋਲੀਅਮ ਐਂਡ ਕੋਲ ਪ੍ਰੋਡਕਸ਼ਨ ਇੱਕ ਦੋ ਵਿੱਚ ਕਨਫਿਊਜ਼ ਹੁੰਦੇ 골ਡ ਇੱਕ ਹੁੰਦੀ 골ਡਨ ਰੈਵੋਲੂਸ਼ਨ ਜੋ ਤਾਂ ਕੀ ਸੀ ਹਾਰਟੀਕਲਚਰ ਇੱਕ ਹੁੰਦੀ 골ਡਨ ਫਾਈਬਰ ਰੈਵੋਲੂਸ਼ਨ ਐਗਜ਼ਾਮ ਵਿੱਚ ਕਨਫਿਊਜ਼ ਕਰਨ ਆਉਂਦਾ 골ਡਨ ਫਾਈਬਰ ਧਿਆਨ ਰੱਖਣਾ ਫਾਈਬਰ ਉਹ ਕਿਸ ਨਾਲ ਰਿਲੇਟਡ ਹੈ ਜੂਟ ਨਾਲ

ਤਿਆਨਾ ਸੁਣ ਰਿਹਾ ਨਾ ਕਲੀਅਰ ਹੋ ਗਿਆ ਇਹ ਆਪਣੀ ਅਸੀਂ ਇੰਪੋਰਟੈਂਟ ਰੈਵੋਲੂਸ਼ਨਸ ਜੋ ਕਿ ਇਹ ਤੁਹਾਨੂੰ ਧਿਆਨ ਚ ਹੋਣੀ ਚਾਹੀਦੀ ਇੱਕ ਰਹਿ ਗਈ ਰੈਡ ਰੈਵੋਲੂਸ਼ਨ ਕਿਹੜੀ ਰਹਿ ਗਈ ਰੈਡ ਰੈਵੋਲੂਸ਼ਨ ਰੈਡ ਰੈਵੋਲੂਸ਼ਨ ਕਿਹਦੇ ਨਾਲ ਰਿਲੇਟਡ ਹੈ ਟਮੇਟੋਸ ਨਾਲ ਕਿਹਦੇ ਨਾਲ ਰਿਲੇਟਡ ਹੈ ਟਮੇਟੋਸ ਨਾਲ ਜਾਂ ਫੇ ਮੂਸ ਠੀਕ ਹੈ ਐਸੇ ਆਪਣੀਆਂ ਕੁਝ ਰੈਵੋਲੂਸ਼ਨਸ ਇੱਕ ਹੁੰਦੀ ਸਰਕੂਲਰ ਰੈਵੋਲੂਸ਼ਨ ਕਿਹਦੇ ਨਾਲ ਹੈ ਪੋਟੈਟੋ ਦਾ ਸਰਕੂਲਰ ਪੋਟੈਟੋ 레드 ਟਮੈਟੋ ਠੀਕ ਹੈ ਆ ਆਪਣੀਆਂ ਕੁਝ ਸੀ ਰੈਵਲੂਸ਼ਨਸ ਜੋ ਕਿ ਕੀ ਹੈ ਤੁਹਾਨੂੰ ਧਿਆਨ ਚ ਹੋਣੀਆਂ ਚਾਹੀਦੀਆਂ ਨੇ ਤੇ ਫਾਦਰ ਜਿਹੜੇ ਨੇ ਤੁਹਾਨੂੰ ਦੋ ਦੇ ਹੀ ਮੇਨ ਤੁਹਾਨੂੰ ਤਿੰਨ ਫਾਦਰਜ਼ ਯਾਦ ਹੋਣੇ ਚਾਹੀਦੇ ਨੇ ਆਪਾਂ ਕੁਐਸਚਨ ਤੇ ਆਨੇ ਆ ਉਹਦੇ ਤੇ ਤੁਹਾਨੂੰ ਮੈਂ ਦੱਸ ਦਿੰਦੀ ਆ ਆਪਾਂ ਅਸੀਂ 10th ਕੁਐਸਚਨ ਤੇ ਠੀਕ ਹੈ ਇਹ ਤਾਂ ਹੋ ਗਏ ਡਾਕਟਰ ਵਰਗਿਸਕ੍ਰੇਨ ਆਪਰੇਸ਼ਨ ਫਲੱਡ ਯਾ ਕਹਿ ਦੋ ਜਾਂ ਫਿਰ ਵਾਈਟ ਰੈਵਲੂਸ਼ਨ ਕਹਿ ਦੋ ਉਸ ਤੋਂ ਬਾਅਦ ਅਗਰ ਨਾਰਮਨ ਬੋਰਲੋਕ ਕਿਹਦੇ ਨਾਲ ਹੈ ਗ੍ਰੀਨ ਰੈਵਿਊਲੂਸ਼ਨ ਅਗਰ ਪੁੱਛਣ ਇੰਡੀਅਨ ਵਿੱਚ ਇੰਡੀਅਨ ਗ੍ਰੀਨ ਰੈਵਿਊਲੂਸ਼ਨ ਤਾਂ ਕੌਣ ਨੇ ਡਾਕਟਰ ਐਮ ਐਸ ਸੁਆਮੀਨਾਥ ਠੀਕ ਹੈ ਇੰਡੀਅਨ ਦੀ ਇੰਡੀਅਨ ਗ੍ਰੀਨ ਰੈਵਿਊਲੂਸ਼ਨ ਵਰਲਡ ਦੀ ਗ੍ਰੀਨ ਰੈਵਿਊਲੂਸ਼ਨ ਪੁੱਛਣਗੇ ਤਾਂ ਕੌਣ ਹੋਣਗੇ ਡਾਕਟਰ ਨਾਰਮਨ ਬੋਰਲੋਕ ਕਲੀਅਰ 8 8 ਫਾਦਰਸ ਬਾਕੀ ਸਭ ਰੈਵਿਊਲੂਸ਼ਨ ਕਿਦੇ ਤੇ ਬੇਸਡ ਹੈ ਤੁਹਾਨੂੰ ਕੀ ਯਾਦ ਹੋਣੀ ਚਾਹੀਦੀ ਹੈ ਕੁਸ਼ਨ ਇੱਕ ਨਾ ਇੱਕ ਪੁੱਛਿਆ ਜਾਂਦਾ ਹੈ क्लीयर हो गया हम आप बद अपने इलेवंथ क्वेश्चन द इनक्रीज इन द ऑयल सीड्स प्रोडक्शन वॉज ड्यू टू हूँ इनक्रीज इन द ऑयल सीड प्रोडक्शन हम दसो ऑयल सीड प्रोडक्शन कि रिलेटिड है जल्दी दसो कि येलो वाइट नाइट है, है? डेयरी प्रोडक्ट या फिर मिल्क न ग्रीन फूड ग्रेन्स न ब्राउन रेवोल्यूशन किसी हाँ ब्राउन रेवोल्यूशन दस नहीं भूल गई है ना ब्राउन रेवोल्यूशन कि लैदर न ब्राउन रेवोल्यूशन कि है लैदर न ठीक है ਕੁਕਾਓ ਨਨ ਕਨਵੈਨਸ਼ਨਲ એનર્ਜੀ ਰਿਸੋਰਸਸ ਕਿਹੜੀਆਂ ਕਿਹੜੀਆਂ એનર્ਜੀ ਰਿਸੋਰਸਸ ਨਨ ਕਨਵੈਨਸ਼ਨਲ એનર્ਜੀ ਰਿਸੋਰਸਸ ਐਗਜ਼ਾਮ ਵਿੱਚ ਕਿਹਾ ਤਾਂ ਆਂਦਾ ਜਾਂ ਲੈਦਰ ਨਾਲ ਜਾਂ ਨਨ ਕਨਵੈਨਸ਼ਨਲ એનર્ਜੀ ਰਿਸੋਰਸਸ ਠੀਕ ਹੈ ਐਸੇ ਆਪਣੀ ਬ੍ਰਾਊਨ ਰੈਵੋਲੂਸ਼ਨ ਜੋ ਕਿ ਕ੍ਰੈਗਸ ਪਿੱਛੇ ਦੱਸਣੀ ਕਲੀਅਰ ਹੋ ਗਿਆ ਹੁਣ ਆਪਣੇ ਕਿ ਸਾਰੇ ਰੈਵੋਲੂਸ਼ਨਸ ਕੀ ਕਵਰ ਕਰ ਲਿਆ ਨੇ ਨੈਕਸਟ 5 ਇਅਰ ਪਲਾਨ ਵਾਸ ਬੇਸਡ फाइव ईयर प्लैन कि बेस के, के मॉडल पर देखो इकोनमिक्स की अपने फाइव ईयर प्लैनज आए थी बहुत सारे प्लैनज आए थ इलेवन टू ट्वेल्व प्लैन आए सब दे थीम जानना की है जरूरी है जो कि मैं नैक्सट लैक्चर कवर कर दाँगी हूँ सिंपल क्वेश्चन पर बेस करते हैं फाइव ईयर प्लैन किडल पर बेसा के मॉडल पर बेस ए बी सी डी कि मॉडल पर बेसी ए ऑप्शन ठीक है हरनड डोमार मॉडल पर बी ऑप्शन जरा पीसी महा 9ਵਿਸ ਮਾਡਲ ਇਹਦੇ ਤੇ ਕਿਹੜਾ ਪਲਾਨ ਬੇਸ ਸੀ ਸੈਕਿੰਡ ਹੁਣ ਆਪਾਂ ਕਿਉਂ ਕਹਿੰਦੇ 5 ਇਅਰ ਪਲਾਨ ਇਹਦੇ ਤੇ ਬੇਸ ਸੀ ਜਿਹੜਾ ਫਰਸਟ ਪਲਾਨ ਸੀ ਨਾ ਉਹ ਇਸ ਮਾਡਲ ਤੇ ਬੇਸ ਸੀ ਜਿਹੜਾ ਸੈਕਿੰਡ ਪਲਾਨ ਸੀ ਉਹ ਪੀਸੀ ਮਹਾ ਲੌਬੀਸ ਤੇ ਬੇਸ ਦੀ ਠੀਕ ਹੈ ਸੈਕਿੰਡ 5 ਇਅਰ ਪਲਾਨ ਸੀ ਉਸ ਤੋਂ ਬਾਅਦ ਜਿਹੜਾ ਆਪਣਾ 4th ਇਅਰ ਪਲਾਨ ਸੀ 4th 5 ਇਅਰ ਪਲਾਨ ਚੌਥਾ ਵਾਲਾ ਉਹ ਕਿਹਦੇ ਤੇ ਬੇਸ ਸੀ ਗੱਡਗਲੀ ਯੋਜਨਾ ਤੇ ਤੇ 9th 5 ਇਅਰ ਪਲਾਨ ਸੀ ਕਿਹਦੇ ਤੇ ਬੇਸ ਸੀ ਗਰੋਥ ਵਿਦ ਸੋਸ਼ਲ ਜਸਟਿਸ ਐਂਡ ਇਕੁਇਟੀ ਠੀਕ ਹੈ confused ਹੋ ਨਾ 12th ਕੁਐਸਚਨ ਨੂੰ ਕਿ ਆਪਾਂ ਡਿਟੇਲ ਵਿੱਚ ਕੱਲ ਡਿਸਕ ਅਗਲੇ ਜੀਕੇ ਦੇ ਲੈਕਚਰ ਵਿੱਚ ਡਿਸਕਸ ਜ਼ਰੂਰ ਕਰਾਂਗੇ ਸਾਰੇ 5 ਇਅਰ ਪਲਾਨਸ ਬਿਲਕੁਲ ਜਿੱਦਾਂ ਰੈਵੋਲੂਸ਼ਨਸ ਕਰਾਈਆਂ ਜਿੱਦਾਂ ਤੁਹਾਨੂੰ ਰਿਵਰਸ ਕਰਾਏ ਨੇ ਉਦਾਂ ਹੀ ਕੀ ਕਲੀਅਰ ਕਰਾਂਗੇ ਆਲ ਕਲੀਅਰ ਨਹੀਂ ਕਰਾਂਗੇ ਕਲੀਅਰ ਕਰਾਂਗੇ ਠੀਕ ਹੈ 13th which instrument is used to measure altitude in aircraft ਜਿਹੜਾ 에어ਕ੍ਰਾਫਟ ਦਾ ਐਲਟੀਟਿਊਡ ਹੁੰਦਾ ਨਾ ਕਿਹੜਾ ਇਨਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ ਕਿਹੜਾ ਇਨਸਟਰੂਮੈਂਟ ਯੂਜ਼ ਕੀਤਾ ਜਾਂਦਾ ਹੈ ਆਡੀਓਮੀਟਰ ਐਮੀਟਰ ਐਲਟੀਮੀਟਰ ਐਨੈਨੋਮੀਟਰ कि यूज किया जाता है ऑल्टीमीटर सी ऑप्शन के यूज किया जाए ऑल्टीमीटर किसलिए यूज़ होंगे वे टू मेजर द एल्टीट्यूड इन एयरक्राफ्ट एयरक्राफ्ट मेजर करने इंस्ट्रूमेंट यूज होंगे वे हम बाकी तीन भी देख लें जोड़ा एम मीटर है मेजर की करता है स्ट्रेंथ ऑफ इलैक्ट्रिक करंट इलैक्ट्रिक करंट की कि स्ट्रेंथ है ऑडियोमीटर की मेजर करता है साउंड की कि इंटेंसिटी है कोई आवाज़ है वो इंटेंसिटी कि ठीक है ਐਨੈਨੋਮੀਟਰ ਮੇਜਰ ਦਾ ਫੋਰਸ ਐਂਡ ਵਿਲੋਸਿਟੀ ਆਫ ਵਿੰਡ ਐਂਡ ਡਾਇਰੈਕਸ਼ਨ ਅਗਰ ਪੁੱਛੇ ਵਿੰਡ ਵਿੰਡ ਦੀ ਵਿਲੋਸਿਟੀ ਜਾਂ ਫੋਰਸ ਨੂੰ ਆਪਾਂ ਚੈੱਕ ਕਰਨਾ ਹੈ ਤਾਂ ਆਪਾਂ ਕਿਹੜਾ ਇਨਸਟਰੂਮੈਂਟ ਯੂਜ਼ ਕਰਾਂਗੇ ਐਨੈਨੋ ਐਨੈਮੋਮੀਟਰ ਕਿਹੜਾ ਐਨੈਮੋਮੀਟਰ ਕਲੀਅਰ 14th ਕੁਐਸਚਨ ਵਿਚ ਇਨਸਟਰੂਮੈਂਟ ਇਜ਼ ਯੂਜ਼ਡ ਟੂ ਮੇਜਰ ਦਾ ਪਾਵਰ ਆਫ ਇਲੈਕਟ੍ਰਿਕ ਸਰਕਟ ਹੁਣ ਇਲੈਕਟ੍ਰਿਕ ਸਰਕਟ ਜਿਹੜਾ ਹੁੰਦਾ ਵਾ ਅਗਰ ਉਹਦੀ ਆਪਾਂ ਪਾਵਰ ਨੂੰ ਚੈੱਕ ਕਰਨਾ ਹੈ ਤਾਂ ਆਪਾਂ ਕਿਹੜਾ ਇਨਸਟਰੂਮੈਂਟ ਯੂਜ਼ ਕਰਾਂਗੇ ਵੋਲਟਮੀਟਰ ਵਾਟਮੀਟਰ ਵੇਵਮੀਟਰ ਵਿਸਕੋਮੀਟਰ ਕਿਹੜਾ ਯੂਜ਼ ਕਰਾਂਗੇ ਆਪਾਂ ਵਾਟਮੀਟਰ ਠੀਕ ਹੈ ਤੁਹਾਨੂੰ ਕੀ ਪਤਾ ਹੈ ਪਾਵਰ ਦੀ ਯੂਨਿਟ ਕੀ ਹੁੰਦੀ ਹੈ ਵਾਟ ਹੁੰਦੀ ਹੈ ਤਾਂ ਆਪਾਂ ਕਿਹੜਾ ਮੀਟਰ ਯੂਜ਼ ਕਰਾਂਗੇ ਵਾਟਮੀਟਰ ਵੋਲਟਮੀਟਰ ਕੀ ਚੈੱਕ ਕਰਦਾ ਹੈ ਵੋਲਟ ਵੀ ਵਾਲਾ ਕੀ ਚੈੱਕ ਕਰਦਾ ਹੈ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਨੂੰ ਚੈੱਕ ਕਰਦਾ ਹੈ ਦੋ ਪੁਆਇੰਟ ਦੇ ਵਿੱਚ ਕਿੰਨਾ ਡਿਫਰੈਂਸ ਹੈ ਠੀਕ ਹੈ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ ਦੋ ਪੁਆਇੰਟ ਦੇ ਵਿੱਚ ਨਿਜੀ ਕਿਤਾ ਹੈ ਵੋਲਟਮੀਟਰ ਕੀ ਚੈੱਕ ਕਰਦਾ ਹੈ ਦੋ ਪੁਆਇੰਟਸ ਦੇ ਵਿੱਚ ਕੀ ਆ ਕਿੰਨਾ ਕੀ ਆ ਪੋਟੈਂਸ਼ੀਅਲ ਡਿਫਰੈਂਸ ਆ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਠੀਕ ਹੈ ਇੱਕ ਹੁੰਦੀ ਹੈ ਕਾਈਨੇਟਿਕ એનર્ਜੀ ਇੱਕ ਹੁੰਦਾ ਪੋਟੈਂਸ਼ੀਅਲ એનર્ਜੀ ਉਸ ਪੋਟੈਂਸ਼ੀਅਲ ਡਿਫਰੈਂਸ ਨੂੰ ਚੈੱਕ ਕਰਦਾ ਹੈ ਵੇਵਮੀਟਰ ਕੀ ਹੁੰਦਾ ਵੇਵ ਲੈਂਥ ਆਫ ਰੇਡੀਓ ਵੇਵ ਨੂੰ ਚੈੱਕ ਕਰਨਾ ਵਿਸਕੋਮੀਟਰ ਕੀ ਹੈ ਲਿਕਵਿਡ ਦੀ ਵਿਸਕੋਸਿਟੀ ਨੂੰ ਮੀਜ਼ਰ ਕਰਨਾ ਲਿਕਵਿਡ ਦੀ ਵਿਸਕੋਸਿਟੀ ਨੂੰ ਕੀ ਆ ਮੀਜ਼ਰ ਕਰਨਾ ਕਲੀਅਰ 15th which acid is present in lemon lemon vich keda acid kia present aa hun lemon vich keda acid present aa jaldi dasso citric acid dekho lemon kia khatta honda hai vitamin c honda hai theek hai vitamin c ke citric acid clear lactic acid kede vich honda hai curd vich lactic acid tartric acid kede vich honda hai tarmit imli kende ya na imli ch ore tartric acid honda hai malic acid kede ch honda hai एप्पलि के हूँ एप्पल विच फॉरमिक एसिड के हों एंड एक चीज़ मैं कहगी मैलिक तो फॉर्मिक ना कन्फर्म कर लेना मैं पॉइंट वन परसेंट डाउट है कल मैं क्लीयर कर देव जो तुम नहीं पता मैलिक तो फॉर्मिक एसिड ठीक है मैंने लगता ऑपोजिट सी शायद ठीक हुई है ठीक है थोड़ी आईम लिटल बिट कन्फ्यूज इन दिस सो जस्ट चेक इट आउट कि मैलिक एसिड एप्पल है कि नहीं है क्लीयर अगर एप्पल नहीं है तो एंडस भी है ਨੈਕਸਟ 16th ਵਿਚ ਅਮੰਗ ਫਾਲੋਇੰਗ ਇਜ਼ ਯੂਜ਼ ਟੂ ਪ੍ਰੋਡਿਊਸ ਆਰਟੀਫੀਸ਼ੀਅਲ ਰੇਨ ਆਰਟੀਫੀਸ਼ੀਅਲ ਰੇਨ ਜਿਹੜੀ ਹੁੰਦੀ ਹੈ ਮਤਲਬ ਨਕਲੀ ਦੀ ਰੇਨ ਜਿਹੜੀ ਐਕਚੁਅਲ ਰੇਨ ਹੁੰਦੀ ਹੈ ਉਹ ਤਾਂ ਹੁੰਦੀ ਹੈ ਨਕਲੀ ਦੀ ਅਗਰ ਰੇਨ ਹੈ ਉਹ ਪ੍ਰੋਡਿਊਸ ਕਰਨੀ ਆ ਤਾਂ ਉਹਦੇ ਲਈ ਕਿਹੜਾ ਸਾਨੂੰ ਐਲੀਮੈਂਟ ਚਾਹੀਦਾ ਵੇ ਕਿਹੜਾ ਐਲੀਮੈਂਟ ਚਾਹੀਦਾ ਕਿਹੜਾ ਚਾਹੀਦਾ ਹੁੰਦਾ ਸਿਲਵਰ ਆਇਓਡਾਈਡ ਸਿਲਵਰ ਆਇਓਡਾਈਡ ਦੀ ਮਦਦ ਨਾਲ ਕਿਹਾ ਨਕਲੀ ਦੀ ਆਰਟੀਫੀਸ਼ੀਅਲ ਰੇਨ ਕਰਾਈ ਜਾ ਸਕਦੀ ਹੈਗੀ ਆਰਟੀਫੀਸ਼ੀਅਲ ਰੇਨ ਕੋਈ ਦੱਸ ਸਕਦਾ ਕਿੱਥੇ ਕਰਵਾਈ ਗਈ ਸੀ ਸਭ ਤੋਂ ਪਹਿਲੀ ਵਾਰ ਕਿਹੜੀ ਸਟੇਟ ਵਿੱਚ ਆਰਟੀਫੀਸ਼ੀਅਲ ਰੇਨ kia ਕਰਵਾਈ ਗਈ ਸੀ ਕਿਹੜੀ ਸਟੇਟ ਵਿੱਚ ਆਰਟੀਫੀਸ਼ੀਅਲ ਰੇਨ ਕਰਵਾਈ ਗਈ ਸੀ ਨੈਕਸਟ 17th ਕੁਐਸਚਨ ਹਿਊਮਨ ਬੋਨ ਡਸ ਨੋਟ ਕੰਟੇਨ ਹੁਣ ਹਿਊਮਨ ਬੋਨ ਦੇ ਵਿੱਚ ਕਿਹੜੀ ਚੀਜ਼ kia ਨਹੀਂ ਹੁੰਦੀ ਹਿਊਮਨ ਬੋਨ ਦੇ ਵਿੱਚ ਕਿਹੜੀ ਚੀਜ਼ ਨਹੀਂ ਪ੍ਰੈਜ਼ੈਂਟ ਹੁੰਦੀ ਕਿਹੜੀ ਚੀਜ਼ ਨਹੀਂ ਹੁੰਦੀ ਆਕਸੀਜਨ ਨਹੀਂ ਹੁੰਦੀ ਹਿਊਮਨ ਬੋਨ ਵਿੱਚ ਕੀ ਨਹੀਂ ਹੁੰਦਾ ਆਕਸੀਜਨ ਨਹੀਂ ਹੁੰਦਾ ਹਿਊਮਨ ਬੋਨ ਕਿੰਦ ਕੇ ਦੇ ਨਾਲ ਬਣੀ ਹੋਈ ਹੈ ਕੈਲਸ਼ੀਅਮ ਨਾਲ ਕਿਤੇ ਕੇ ਦੇ ਨਾਲ ਕੈਲਸ਼ੀਅਮ ਕਾਰਬਨ ਤੇ ਫਾਸਫੋਰਸ ਨਾਲ ਕੀ ਆ ਹਿਊਮਨ ਬੋਨ ਬਣੀ ਹੋਈ ਹੈ ਆਕਸੀਜਨ ਕਿਆ ਨਹੀਂ ਹੁੰਦੀ ਹਿਊਮਨ ਬੋਨ ਦੇ ਵਿੱਚ ਕਲੀਅਰ 18th ਕੁਐਸਚਨ ਗ੍ਰੀਨ ਹਾਊਸ ਇਫੈਕਟ ਰੈਫਰਸ ਟੂ ਦਾ ਹੁਣ ਗ੍ਰੀਨ ਹਾਊਸ ਇਫੈਕਟ ਕਿੰਨੂੰ ਕਿਹਾ ਜਾਂਦਾ ਹੈ ਐਬਿਲਿਟੀ ਆਫ ਐਟਮੋਸਫੇਅਰ ਟੂ ਰੀਟੇਨ ਵਾਟਰ ਵੇਪਰਸ ਐਬਿਲਿਟੀ ਆਫ ਸਰਟਨ ਐਟਮੋਸਫੇਰਿਕ ਗੈਸੈਸ ਟੂ ਟਰੈਪ ਹੀਟ ਐਂਡ ਕੀਪ ਹੀਟ ਐਂਡ ਕੀਪ ਦ ਪਲੈਨਟ ਰਿਲੇਟਿਵਲੀ ਵਾਰਮ ਐਬਿਲਿਟੀ ਆਫ ਕਲਾਊਡ ਟੂ ਸਕੈਟਰ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਨਨ ਆਫ ਦ ਅਬਵ ਦੇਖੋ ਸਿੱਧਾ ਮਨਸਰ ਤੇ ਆਂਦੀ ਆ ਬੀ ਆਪਸ਼ਨ ਕੀ ਆ ਕਰੈਕਟ ਹੈ ਦੇਖੋ ਗ੍ਰੀਨ ਹਾਊਸ ਇਫੈਕਟ ਕਿਉਂ ਹੁੰਦਾ ਆਪਾਂ ਕਹਿੰਦੇ ਆ ਨਾ ਗ੍ਰੀਨ ਹਾਊਸ ਇਫੈਕਟ ਆ ਗ੍ਰੀਨ ਹਾਊਸ ਇਫੈਕਟ ਆ ਸਾਡਾ ਕਲਾਈਮੇਟ ਕੀ ਹੋ ਰਿਹਾ ਚੇਂਜ ਹੋ ਰਿਹਾ ਉਹਦਾ ਕਾਰਨ ਕੀ ਆ ਗ੍ਰੀਨ ਹਾ ਆਪਣੇ ਅੰਦਰ ਕਿੰਨੀ ਹੀਟ ਨੂੰ ਟ੍ਰੈਪ ਕਰਦਾ ਤੇ ਆਪਣੇ ਪਲੈਨਟ ਨੂੰ ਕਿੰਨਾ ਵਾਰਮ ਰੱਖਦਾ ਉਹਨੂੰ ਕੀ ਕਹਿੰਦੇ ਆ ਗ੍ਰੀਨ ਹਾਊਸ ਇਫੈਕਟ ਆਪਾਂ ਕਹਿੰਦੇ ਨਾ ਕਲੋਰੋਫਲੋਰੋ ਕਾਰਬਨਸ ਏਸੀ ਘਟ ਚ ਲਾਓ ਠੀਕ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਹਿੰਦੇ ਆ ਉਹ ਕਿਉਂ ਹੈ ਜਿਹੜੀ ਆਪਣੀ ਅਰਥ ਦੀ ਲੇਅਰ ਹੈ ਨਾ ਹੀਟ ਨੂੰ ਕੀ ਆਪਣੇ ਅੰਦਰ ਟ੍ਰੈਪ ਕਰ ਲੈਂਦੀ ਹੈ ਤੇ ਉੰਨੀ ਹੀ ਜ਼ਿਆਦਾ ਕਿ ਗਰਮੀ ਵਧਦੀ ਆ ਮੌਸਮ ਜਿੱਦਾਂ ਤੁਸੀਂ ਆਪਣੇ ਅਗਰ ਬਜ਼ੁਰਗਾ ਤੋਂ ਪੁੱਛੋਗੇ ਆਪਣੇ ਦਾਦ ਦਦੀ ਕੋਲ ਪੁੱਛੋਗੇ ਇੱਕ ਮੌਸਮ ਦਾ ਕੀ ਹੁੰਦਾ ਸੀ ਟਾਈਮ ਲਿਮਿਟ ਹੁੰਦਾ ਸੀ ਅੱਜ ਵੀ ਸਾਡੇ ਬਜ਼ੁਰਗ ਕਈ ਵਾਰੀ ਕਹਿੰਦੇ ਨੇ ਐ ਮੌਸਮ ਤਾਂ ਪਹਿਲੇ ਤੱਕ ਅਦੀ ਬਾਰਿਸ਼ ਨਹੀਂ ਹੋਈ ਹੁਣ ਬਾਰਿਸ਼ ਹੋਣ ਲੱਗੀ ਆ ਇਹਦੇ ਕਾਰਨ ਕਿ ਕਲਾਈਮੇਟ ਚੇਂਜ ਕਲਾਈਮੇਟ ਚੇਂਜ ਦਾ ਕੀ ਕਾਰਨ ਗ੍ਰੀਨ ਹਾਊਸ ਇਫੈਕਟ ਆਪਾਂ ਕਹਿ ਦਿੰਦੇ ਆ ਗ੍ਰੀਨ ਹਾਊਸ ਇਫੈਕਟ ਹੈ ਕੀ ਆ ਸਮਝ ਲੱਗੀ ਨਾ ਇਹ ਚੀਜ਼ ਨੂੰ ਜੋ ਕਿ ਐਟਮੋਸਫੇਅਰ ਆਪਣੇ ਅੰਦਰ ਹੀਟ ਨੂੰ ਕੀ ਟਰੈਪ ਕਰ ਲੈਂਦਾ ਵੈ ਹੀਟ ਬਾਹਰ ਨਹੀਂ ਜਾਂਦੀ ਤਾਂ ਆਪਣੇ ਪਲੈਨਟ ਨੂੰ ਕੀ ਜਿੰਨਾ ਵਾਰਮ ਹੋਣਾ ਚਾਹੀਦਾ ਨਾ ਉਸ ਤੋਂ ਵੱਧ ਵਾਰਮ ਹੁੰਦਾ ਵੈ ਠੀਕ ਹੈ ਅੱਜ ਕੱਲ ਸਾਇੰਟਿਸਟ ਕਹਿੰਦੇ ਨੇ ਕਿ ਆਈਸ ਪਿਗਲ ਰਹੀ ਆ ਆਰਟਿਕ ਦੀ ਅੰਟਾਰਕਟਿਕਾ ਦੀ ਪਾਣੀ ਵੱਧ ਰਿਹਾ ਆਪਣੇ ਦੇਸ਼ ਵਿੱਚ ਬੇਸ਼ੱਕ ਪਾਣੀ ਦੀ ਫੈਸਿਲਿਟੀ ਬਹੁਤ ਜਗ੍ਹਾ ਤੇ ਨਹੀਂ ਆ ਉਹ ਪਾਣੀ ਪੀਣ ਵਾਲੀ ਦੀ ਗੱਲ ਹੁੰਦੀ ਆ ਐਕਚੁਅਲ ਜਿਹੜਾ ਪਾਣੀ ਪੀਣ ਵਾਲਾ ਹੈ ਵੈਸੇ ਪਾਣੀ ਦਾ ਲੈਵਲ ਆਈਸ ਮੈਲਟ ਹੋਣ ਨਾਲ ਕੀ ਵੱਧ ਰਿਹਾ ਹੋਇਆ ਸਮਝ ਲੱਗ ਰਿਹਾ ਜਿਹੜੇ ਬੱਚੇ ਕਿ ਦਿੱਲੀ ਨਿਊਜ਼ ਨੂੰ ਪੜ੍ਹਦੇ ਆ ਉਹ ਇਸ ਚੀਜ਼ ਨੂੰ ਸਮਝ ਸਕਦੇ ਨੇ ਜਿਹੜੇ ਨਹੀਂ ਪੜ੍ਹਦੇ ਤੇ ਜਿਨ੍ਹਾਂ ਨੂੰ ਹਜੇ ਵੀ ਕੋਈ ਡਾਊਟ ਹੈ ਨਾ ਕਮੈਂਟ ਬਾਕਸ ਵਿੱਚ ਕਰਨਾ ਮੈਂ ਇਸ ਚੀਜ਼ ਨੂੰ ਤੁਹਾਨੂੰ ਡਿਟੇਲ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਅਲੱਗ ਤੋਂ ਲੈਕਚਰ ਲਿੱਤਾ ਜਾਏਗਾ ਸਪੈਸ਼ਲ ਲੈਕਚਰ ਠੀਕ ਆ ਤੁਹਾਡੇ ਰਿਸਪੌਂਸ ਉੱਤੇ ਹੋਈਗੀ ਇਹ ਚੀਜ਼ 19th ਕੁਐਸਚਨ ਵਿਚ ਆਫ ਦਾ ਫੋਲੋਇੰਗ ਗੈਸ ਡਸ ਨਾਟ ਕੰਟ੍ਰਿਬਿਊਟ ਟੂ ਗਲੋਬਲ ਵਾਰਮਿੰਗ ਹੁਣ ਕਿਹੜੀ ਗੈਸ ਕੀ ਹੈ ਗਲੋਬਲ ਵਾਰਮਿੰਗ ਨੂੰ ਕੰਟ੍ਰਿਬਿਊਟ ਨਹੀਂ ਕਰਦੀ ਕਿਹੜੀ ਗੈਸ ਨਹੀਂ ਕਰਦੀ ਐਸਿਟਲਾਈਨ ਸਿਟੀ ਲਾਈਨ ਕੇ ਕੰਟਰੀਬਿਊਟ ਨਹੀਂ ਕਰਦੀ ਮੀਥੇਨ ਵੀ ਕਰਦੀ ਹੈ ਕਾਰਬਨ ਡਾਈਆਕਸਾਈਡ ਵੀ ਕਰਦੀ ਹੈ ਸਲਫਰ ਵੀ ਕਰਦੀ ਹੈ ਅੱਜ ਦਾ ਆਪਣਾ ਆਖਰੀ ਕੁਐਸਚਨ ਕੁਐਸਚਨ ਦੇਖ ਕੇ ਭਜਨਾ ਨੇ ਇਸ ਤੋਂ ਬਾਅਦ ਕਿਹਾ ਕੁਝ ਹੋਰ ਇਨਫੋਰਮੇਸ਼ਨ ਤੁਹਾਨੂੰ ਨਾਲ ਦੇਣੀ ਹੈ ਮੈਂ ਹੋਰ ਕੁਐਸਚਨਸ ਥੋੜੇ ਜਿਹਾ ਬਨ ਲਾਈਨਰ ਕਰਵਾਵਾਂਗੇ ਵਾਈ ਯੂਵੀ ਰੇਡੀਏਸ਼ਨ ਇਜ਼ ਹਾਇਰ ਇਨ ਸਮਰਸ ਹੁਣ ਦੇਖੋ ਕੁਐਸਚਨ ਆ ਗਿਆ 18th ਕੁਐਸਚਨਸ ਮੈਂ ਤੁਹਾਨੂੰ ਕੋਈ ਚੀਜ਼ ਸਮਝਾਈ ਸੀ ਠੀਕ ਹੈ ਮਾਈਂਡ ਚ ਰੱਖਣੀ ਹੈ ਜਿڑا ਆਪਣਾ এনवायरमेंट ਹੈ ਨਾ ਲਿੰਕਡ ਹੁੰਦਾ ਇੱਕ ਦੂਸਰੇ ਨਾਲ ਆਪਾਂ এনवायरमेंट ਨੂੰ ਮੈਂ ਤੁਹਾਨੂੰ ਕਰਾਵਾਂਗੇ ਚੰਗੀ ਤਰ੍ਹਾਂ ਸਪੈਸ਼ਲ ਲੈਕਚਰਸ ਲੈ ਕੇ ਪਰ ਅਗਰ ਜੇ ਤੁਸੀਂ ਕਰਨਾ ਚਾਹੁੰਦੇ ਹੋ এনवायरमेंट ਦੇ ਇੱਕ ਅੱਧਾ ਕੁਐਸ਼ਨਸ ਮੇਬੀ ਆ ਸਕਦਾ ਮੇਬੀ ਨਹੀਂ ਐ ਕਿ ਤੁਹਾਡੇ ਕਰੰਟ ਦੇ ਨਾਲ ਰਿਲੇਟਡ ਹੁੰਦੀ ਹੈ ਚੀਜ਼ਾਂ ਉਹ ਕੁਐਸ਼ਨ ਨੇ ਵਿੱਚ ਵਾਈ ਯੂਵੀ ਰੇਡੀਏਸ਼ਨ ਹਾਇਰ ਕਿਉਂ ਹੁੰਦੇ ਨੇ ਯੂਵੀ ਅਲਟਰਾਵੋਇਲਟ ਰੇਡੀਏਸ਼ਨ ਸਮਰ ਵਿੱਚ ਜ਼ਿਆਦਾ ਕਿਉਂ ਹੁੰਦੇ ਨੇ ਆਪਾਂ ਕਹਿੰਦੇ ਨਾ ਆਪਾਂ ਨੇ ਸੂਰਜ ਦੀ ਕਿਰਨਾਂ ਸਕਿਨ ਸੜ ਰਹੀ ਹੈ ਗਰਮੀ ਅਚ ਉਕੇ ਕਿਉਂ ਹੈ ਰੈਡੀਏਸ਼ਨਸ ਜ਼ਿਆਦਾ ਨੇ ਉਹ ਕਿਉਂ ਹੁੰਦੀ ਹੈ ਇਹੋ ਜਿਹਾ ਸਮਰਤ ਵਿੱਚ ਕੀ ਹੁੰਦਾ ਹੈ ਕੀ ਹੁੰਦਾ ਹੈ ਕਿਹੜਾ ਆਪਸ਼ਨ ਕਰੈਕਟ ਹੈ A B C D ਕਿਹੜਾ ਕਰੈਕਟ ਹੈ A ਕਿਉਂਕਿ ਸਨ ਕੀ ਹੈ ਪਲੈਨਟ ਦੇ ਕਲੋਜ਼ਰ ਹੋ ਜਾਂਦਾ ਅਰਥ ਜਿਹੜਾ ਪਲੈਨਟ ਹੈ ਨਾ ਆਪਣਾ ਅਰਥ ਕੇਕ ਪਲੈਨਟ ਆ ਉਹਦੇ ਕਲੋਜ਼ ਹੋ ਜਾਂਦਾ ਤਾਂ ਕਰਕੇ ਯੂਵੀ ਰੈਡੀਏਸ਼ਨਸ ਨੇ ਕੀ ਹੈ ਘੱਟ ਡਿਸਟੈਂਸ ਟਰੈਵਲ ਕਰਨਾ ਹੁੰਦਾ ਠੀਕ ਹੈ ਡਿਸਟੈਂਸ ਕੀ ਹੈ ਯੂਵੀ ਰੈਡੀਏਸ਼ਨਸ ਘੱਟ ਟਰੈਵਲ ਕਰਦੀਆਂ ਨੇ ਹੋਰ ਵੀ ਬਹੁਤ ਸਾਰੇ ਕਾਰਨ ਨੇ ਯੂਵੀ ਰੈਡੀਏਸ਼ਨਸ ਵਧਣ ਦੇ ਅਗਰ ਤੁਸੀਂ ਕਿਹਾ ਨੋਰਮਲ ਦੇਖੋ ਪਹਿਲੇ ਘਰਾਂ ਵਿੱਚ ਕਿਹ ਹੁੰਦੇ ਸੀ 81 ਹੁੰਦੇ ਸੀ ਠੀਕ ਹੈ ਕਈ ਵਾਰ ਇੱਕ ਵੀ ਨੇ ਹੁੰਦੇ ਸੀ ਹੁਣ ਹਰ ਘਰ ਵਿੱਚ ਤੁਹਾਨੂੰ ਕੀ ਆ 2 ਤੋਂ 3 ਏਸੀ ਤਾਂ ਦਿਖਣਗੇ ਹੀ ਦਿਖਣਗੇ ਠੀਕ ਹੈ ਨਾ ਉਹਦੇ ਕਰਕੇ ਕੀ ਕਲੋਰੋਫਲੋਰੋ ਕਾਰਬਨਸ ਦਾ ਕੰਟੈਂਟ ਵਧਦਾ ਹੋਇਆ ਉਹਦੇ ਨਾਲ ਕੀ ਆਪਣਾ এনवायरमेंटਿਕ ਵੀ ਬਹੁਤ ਇਫੈਕਟ ਬਣਦਾ ਹੋਇਆ ਠੀਕ ਆ ਕਿਹਾ ਜਾਂਦਾ ਵੈ ਪਿੱਛੇ ਕੁਝ ਰਿਸਰਚ ਹੋਈ ਸੀ ਉੱਤੇ ਕਿਹਾ ਜਾਂਦਾ ਜੇ ਆਪਾਂ ਆਪਾ ਏਸੀ ਦਾ ਟੈਂਪਰੇਚਰ 23 ਤੋਂ 26 ਦੇ ਵਿੱਚ ਰੱਖੀਏ ਨਾ ਤਾਂ ਕਿ ਇਹ ਸਾਡਾ ਇਲੈਕਟ੍ਰਿਸਿਟੀ ਬਿੱਲ ਵੀ ਘਟ ਸਕਦੇ ਨੇ ਤੇ ਹੋਰ ਵੀ ਕੀ ਆ ক্লোਰੋਫਲੋਰੋ ਕਾਰਬਨਸ ਜਿਹੜੀ ਰੇਡੀਏਸ਼ਨਸ ਨੇ ਨਾ ਏਸੀਸ ਵਗੈਰਾ ਤੋਂ ਉਹ ਵੀ ਘਟ ਸਕਦੀ ਹੈ ਠੀਕ ਹੈ ਇਹ ਥੋੜਾ ਜਿਹਾ ਜਦ ਸਮਰ ਆਨ ਗਿਆ ਹੁਣ ਤਾਂ ਸਰਦੀਆਂ ਸ਼ੁਰੂ ਹੋ ਗਿਆ ਨੇ ਇਹ ਅਗਰ ਧਿਆਨ ਚ ਆਪਣੇ ਰੱਖੋਗੇ ਥੋੜਾ ਜਿਹਾ ਤੁਸੀਂ ਵੀ ਕੀ এনवायरमेंट ਇੰਪਰੂਵਮੈਂਟ ਵਿੱਚ ਕੀ ਆਪਣਾ ਹੱਥ ਦੇ ਸਕਦੇ ਹੋ ਠੀਕ ਹੈ ਛੋਟੇ ਛੋਟੇ ਕਦਮ ਨਾਲ ਹੀ ਆਪਾਂ ਕੀ এনवायरमेंट ਨੂੰ ਬਚਾ ਸਕਦੇ ਆ ਆਪਣੇ ਕਲਾਈਮੇਟ ਚੇਂਜ ਬਿਲਕੁਲ ਹੁੰਦਾ ਵਾ ਜਿਹੜੇ ਬੱਚੇ ਡੇਲੀ ਨਿਊਜ਼ ਹੁੰਦੇ ਨੇ ਉਹ ਇਹ ਚੀਜ਼ ਨੂੰ ਕੀ ਆਬਜ਼ਰਵ ਕਰ ਰਹੇ ਹੋਣਗੇ ਠੀਕ ਹੈ ਅੱਜ ਦੇ ਆਪਣੇ 20 ਕੁਐਸਚਨਸ ਨੇ ਤੁਸੀਂ ਆਪਣੇ ਇਹਨਾਂ ਦੇ ਆਨਸਰਸ ਤੁਹਾਡੇ ਆਊਟ ਆਫ ਕਿੰਨੇ ਮਾਰਕਸ ਆਏ ਨੇ 20 20 ਵਿੱਚੋਂ 20 ਵਿੱਚੋਂ ਕਿੰਨੇ ਮਾਰਕਸ ਆਏ ਨੇ ਜ਼ਰੂਰ ਦੱਸਨੇ ਨੇ ਕਮੈਂਟ ਕਰਕੇ ਤੁਹਾਡੇ ਲਈ ਲੈਕਚਰਸ ਬਣਾਏ ਗਏ ਨੇ ਆਪਣਾ ਸਕੋਰ ਕੀਆ ਡੇਲੀ ਦਾ ਡੇਲੀ ਕੰਪੇਅਰ ਕਰੋ ਇੰਪਰੂਵਮੈਂਟ ਹੋ ਰਹੀ ਆ ਕਿ ਨਹੀਂ ਹੋ ਰਹੀ ਠੀਕ ਆ ਹੁਣ ਆਪਾਂ ਕੁਝ ਕੁਐਸਚਨਸ ਕਰਦੇ ਆ ਮੈਂ ਖਾਲੀ ਵਾਲੀ ਪੀਡੀਐਫ ਉੱਲ ਵੱਲ ਦਿਆਂ ਹੋਲਡ ਕਰੋ ਤੇ ਪੇਸ਼ੈਂਸ ਰੱਖੋ ਅੱਜ ਅੱਜ ਹੁਣ ਆਪਾਂ ਤੁਹਾਨੂੰ ਮੈਂ ਕੀ ਕਰਾਇਆ ਸੀ ਡਰਾਫਟ ਪਲੈਨਟ ਪਲੂਟੋ ਕੀ ਹੈ ਡਰਾਫਟ ਪਲੈਨਟ ਠੀਕ ਹੈ ਪਲੂਟੋ ਤੋਂ ਇਲਾਵਾ ਪੰਜ ਡਰਾਫਟ ਪਲੈਨਟਸ ਨੇ ਕਿਹੜੇ-ਕਿਹੜੇ ਨੇ ਮੇਕ ਮੇਕ ਪਹਿਲਾ ਕਿਹੜਾ ਹੈ ਮੇਕ ਮੇਕ ਇੱਕ-ਇੱਕ ਡਰਾਫਟ ਪਲੈਨਟ ਹੈ ਇਸ ਤੋਂ ਬਾਅਦ ਕਿਹੜਾ ਹੈ ਕ੍ਰੀਸਿਸ કેડા વે ક્રિસિસ ફોર્થ વન ઇવિસ એન્ડ ધ લાસ્ટ વન ઇઝ હ્યુમા ઠી કોર કેડા અપના પ્લુટો એકીને અપને પાંચ ડ્રાફ્ટ પ્લાનેટ્સ ને કેડે વે પાંચ કીને અપને ડ્રાફ્ટ પ્લાનેટ્સ હે ક્લિયર હો ગઈ ઇને ચીઝ ઉસહ બાદ જેડા અપના કીયા लार्जेस्ट डे नो एक हों नॉर्थ हैमीसफेयर ठीक है एक हों नॉर्थ हैमीसफेयर एक होंगे साउथ हैमीसफेयर नॉर्थ हैमीसफेयर का ला लॉगैसट डे नॉर्थ हैमीस्फेयर का लोंगैसट डेड़ा होंगे वे ट्वेंटी फस्ट जून कड़ा होंगे ट्वेंटी फर्स्ट जून तो लोंगैसट डे सर्दर्न हेमीसफेयर का ट्वेंटी सैकेंड दिसंबर ਅਗਰ ਤੁਹਾਨੂੰ ਆਜੇ ਸ਼ਾਰਟੈਸਟ ਡੇ ਨਰਦਰਨ ਹੈਮਿਸਫੇਅਰ ਦਾ ਕਿਹੜਾ ਹੈ 22 ਦਸੰਬਰ ਤੇ ਸਦਰਨ ਹੈਮਿਸਫੇਅਰ ਦਾ ਸ਼ਾਰਟੈਸਟ ਜੇ ਕਿਹੜਾ ਹੈ 21 ਜੂਨ ਹੁਣ ਦੇਖ ਰਹੇ ਹੋ ਐਗਜ਼ਾਮੀਨਰ ਕੀ ਹੈ ਤੁਹਾਨੂੰ ਕਨਫਿਊਜ਼ ਕਰ ਸਕਦਾ ਇਸ ਚੀਜ਼ ਉੱਤੇ ਉਹ ਕੀ ਕਹੇਗਾ ਸ਼ਾਰਟੈਸਟ ਡੇ ਦੱਸ ਦੋ ਸਦਰਨ ਹੈਮਿਸਫੇਅਰ ਦਾ ਉਹ 21 ਜੂਨ ਹੀ ਹੁੰਦਾ ਏਦਾਂ ਯਾਦ ਕਰ ਲਓ ਕ੍ਰਾਸ ਮਲਟੀਪਲਾਈ ਦੇਣਾ ਲੋਂਗੇਸਟ ਡੇ ਤੇ ਸ਼ਾਰਟੈਸਟ ਡੇ ਇਸ ਲਈ ਕਿ ਆ ਮੈਂ ਸਰਕਲ ਬਣਾ ਕੇ ਨੌਰਥ ਸਾਊਥ ਕਰਕੇ ਤੁਹਾਨੂੰ ਕਰਾਇਆ। ਕਲੀਅਰ ਹੋ ਗਈ? ਡੇ অর ਨਾਈਟ ਇਕੁਅਲ ਕਿਹੜੇ-ਕਿਹੜੇ ਦਿਨ ਹੁੰਦੇ ਨੇ? ਸਾਲ ਵਿੱਚ ਡੇ অর ਨਾਈਟ ਈਅਰ ਵਿੱਚ ਡੇ অর ਨਾਈਟ ਇਕੁਅਲ ਕਦੋਂ ਹੁੰਦੇ ਨੇ? ਕਦੋਂ ਇਕੁਅਲ ਹੁੰਦੇ ਨੇ? 21 ਮਾਰਚ ਨੂੰ ਤੇ 23 ਸੈਪਟੈਂਬਰ ਨੂੰ। 21 ਮਾਰਚ ਤੇ 23th ਸਪਟੈਂਬਰ ਨੂੰ ਕੀਆ ਡੇ ਔਰ ਨਾਈਟ ਕੀਆ ਇਕੁਅਲ ਹੁੰਦੇ ਨੇ ਕਲੀਅਰ ਆ ਇਹ ਕੁਛ ਛੋਟੇ ਛੋਟੇ ਚੀਜ਼ਾਂ ਸੀ ਇੰਪੋਰਟੈਂਟ ਸੀ ਤਾਂ ਕਰਕੇ ਕੀ ਮੈਂ ਅੱਜ ਕਵਰ ਕਰਤੀਆਂ ਇੱਕ ਰੋਟੇਸ਼ਨ ਤੇ ਰੈਵਲੂਸ਼ਨ ਰੋਟੇਸ਼ਨ ਤੇ ਰੈਵਲੂਸ਼ਨ ਆਫ ਅਰਥ ਦੇ ਵਿੱਚ ਕੀ ਡਿਫਰੈਂਸ ਇਸ ਹੈ ਕਿਹੜੇ ਫੀਨੋਮੀਨਾ ਹੁੰਦੇ ਨੇ ਉਹ ਮੈਂ ਨੈਕਸਟ ਲੈਕਚਰ ਵਿੱਚ ਡਿਸਕਸ ਕਰਾਂਗੀ ਅੱਜ ਲਈ ਇੰਨਾ ਹੀ ਹੁਣ ਆਪਾਂ ਮਿਲਦੇ ਆਪਨੇ ਨੈਕਸਟ ਲੈਕਚਰ ਵਿੱਚ ਮਾਰਕਸ ਕਮੈਂਟ ਬਾਕਸ ਵਿੱਚ ਦੱਸਣਾ ਕਿ ਆ ਤੁਸੀਂ ਮੈਨੂੰ ਨਹੀਂ ਭੁੱਲਾ ਇਸੇ ਤਰ੍ਹਾਂ ਕਿ ਆਪਣੀ ਤਿਆਰੀ ਨੂੰ ਜਾਰੀ ਰੱਖੋ ਪੇਪਰ kia ਬਹੁਤ ਜਲਦ ਆ ਸਕਦਾ ਵੈ ਇਸ ਲਈ kia ਹੁਣ ਲਾਈਟਲੀ ਨਾ ਲੋ ਸੀਰੀਅਸ ਹੋ ਜਾਓ ਟੈਸਟ ਸੀਰੀਜ਼ ਨੂੰ ਜੁਆਇਨ ਕਰੋ gilsmentortest.com kia ਵੈਬਸਾਈਟ ਦਾ ਨਾਮ ਹੈ ਉਥੇ ਜਾਓ ਅਪ ਤਿੰਨ ਪੈਕੇजेस ਤੁਹਾਡੇ ਲਈ ਲਾਂਚ ਹੋਏ ਨੇ ਉਹਨਾਂ ਚੁੱਕੀਏ ਪੈਕੇजेस ਨੂੰ ਤੁਸੀਂ ਆਪਣੀ ਡਿਮਾਂਡ ਦੇ ਅਕੋਰਡਿੰਗ ਲੈ ਸਕਦੇ ਹੋ ਕੋਈ ਵੀ ਡਾਊਟ ਆ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੁਹਾਡਾ ਡਾਊਟ kia ਜ਼ਰੂਰ ਕਲੀਅਰ ਕੀਤਾ ਜਾਵੇਗਾ ਇਸੇ ਤਰ੍ਹਾਂ ਆਪਣਾ ਸਪੋਰਟ gilsmentor ਦੇ ਨਾਲ ਬਣਾਈ ਰੱਖਣਾ Thank you. <coughs>